ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਹੈ ਚੋਣ ਪ੍ਰਚਾਰ ਕੀਤਾ ਜਾ ਰਿਹਾ। ਔਰ ਪੰਜਾਬ ਭਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਲਗਾਤਾਰ ਰੋਡ ਸ਼ੋਅ ਕਰ ਰਹੇ ਨੇ। ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਅੰਮ੍ਰਿਤਸਰ ਦਿਹਾਤੀ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਨੇ ਜਿਹੜੇ ਉਹ ਕੀਤੇ ਜਾਣੇ ਹਨ। ਤਾਂ ਅਜਨਾਲਾ, ਉਸ ਤੋਂ ਇਲਾਵਾ ਚੌਗਾਵਾਂ, ਮਜੀਠਾ, ਰਈਆ, ਜੰਡਿਆਲਾ ਗੁਰੂ ਦੇ ਵਿੱਚ ਜਿਹੜੇ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਨੇ। ਇਸ ਵਕਤ ਮੈਂ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਹਲਕਾ ਵਿਧਾਇਕ ਦਲਵੀਰ ਸਿੰਘ ਟੌਂਕ ਵੱਲੋਂ ਜਿਹੜਾ ਹੈਗਾ ਹੈ ਅੱਜ ਦੇ ਰੋਡ ਸ਼ੋਅ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹੈਗੀਆਂ। ਸਤਿ ਸ਼੍ਰੀ ਅਕਾਲ ਐਮਐਲਏ ਸਰ। ਸਤਿ ਸ਼੍ਰੀ ਅਕਾਲ ਭਰਾ ਜੀ। ਸਭ ਤੋਂ ਪਹਿਲਾਂ ਨਿਊ 18 ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਸਾਡੀ ਆਵਾਜ਼ ਨੂੰ ਲੋਕਾਂ ਦੀ ਕਚਹਿਰੀ 'ਚ ਪਹੁੰਚਾਉਣ। ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ? ਅੱਜ ਸਾਡੇ ਪੰਜਾਬ ਦਾ ਮਾਣ, ਪੰਜਾਬ ਦੀ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਰੋਡ ਸ਼ੋਅ ਕਰਨ ਦੇ ਲਈ ਮਾਝੇ ਦੀ ਧਰਤੀ 'ਤੇ ਆਏ ਆ। ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ ਵੀ ਹਲੇ ਉਹ ਅੰਮ੍ਰਿਤਸਰੀ ਨੇ। ਅੱਜ ਜਿਵੇਂ ਅਜਨਾਲਾ ਰਾਜਾ ਸਾਂ ਸੀ, ਮਜੀਠਾ, ਉਦੋਂ ਬਾਅਦ ਜੰਡਿਆਲਾ ਗੁਰੂ, ਉਸ ਤੋਂ ਬਾਅਦ ਰਈਆ, ਸਾਡਾ ਬਾਬਾ ਬਕਾਲਾ ਸਾਹਿਬ ਫਿਰ ਤਰਨ ਤਾਰਨ ਜਾਣਗੇ। ਰੋਡ ਸ਼ੋਅ ਦਾ ਪ੍ਰੋਗਰਾਮ ਹੈ, ਅਸੀਂ ਸਿਰੂਮਾਨ ਰੋਡ 'ਤੇ ਉਹਨਾਂ ਦਾ ਜਿਹੜਾ ਰੋਡ ਸ਼ੋਅ ਲੈ ਕੇ ਜਾਵਾਂਗੇ। ਇਸ ਜਗ੍ਹਾ 'ਤੇ ਸਾਰੇ ਸਾਥੀ ਸਾਹਿਬਾਨ ਆਉਣਗੇ ਅਤੇ ਖੱਬੇ ਪਾਸੇ ਨੂੰ ਆਹ ਸਾਹਮਣੇ ਰਸਤਾ ਹੈ ਜਿਹੜਾ ਸਿਰੂਮਾਨ ਰੋਡ ਹੈ, ਸਿਰੂਮਾਨ ਰੋਡ ਤੋਂ ਲੈ ਕੇ ਪੈਟਰੋਲ ਪੰਪ ਆਪਣੇ ਜਿਹੜੇ ਰੋਬਨ ਮਾਨ ਵਾਲੇ ਪੰਪ ਤੱਕ ਜਿਹੜਾ ਸਾਡੇ ਰੋਡ ਸ਼ੋਅ ਦਾ ਪ੍ਰੋਗਰਾਮ ਹੈ। ਅੱਧੇ ਘੰਟੇ ਲਈ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਰੋਡ ਸ਼ੋਅ ਸਾਡੇ ਰਈਆ ਸ਼ਹਿਰ 'ਤੇ ਹਲਕਾ ਬਾਬਾ ਬਕਾਲਾ ਸਾਹਿਬ। ਟੌਂਕ ਸਾਹਿਬ, ਪਹਿਲਾਂ ਵੀ ਡੋਰ ਟੂ ਡੋਰ ਬਕਾਇਦਾ ਆਪ ਉਮੀਦਵਾਰ ਰਾਜੀਤ ਸਿੰਘ ਭੁੱਲਰ ਵੱਲੋਂ ਤੁਹਾਡੇ ਵੱਲੋਂ ਵੀ ਇੱਥੇ ਕੀਤਾ ਗਿਆ ਹੈਗਾ, ਕਿੱਦਾਂ ਦਾ ਹੰਗਾਰਾ ਲੱਗਦਾ ਹੈਗਾ ਲੋਕਾਂ? ਬਿਲਕੁਲ ਜੀ, ਸਾਡੇ ਪੰਜਾਬ ਦੇ ਲੋਕ, ਸਾਡੇ ਹਲਕਾ ਖਡੂਰ ਸਾਹਿਬ ਦੇ ਲੋਕ ਬੜੇ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਤੇ ਸਾਡੇ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਪਿਆਰ ਕਰਦੇ ਆ। ਆਮ ਆਦਮੀ ਪਾਰਟੀ ਦੇ ਕੰਮ ਅਤੇ ਆਮ ਆਦਮੀ ਪਾਰਟੀ ਦੀ ਆਈਡੀਓਲੋਜੀ ਲੋਕਾਂ ਨੂੰ ਪਸੰਦ ਆ, ਕਿਉਂਕਿ ਲੋਕ ਚੋਣ 'ਤੇ ਬੰਦਾ ਅਰਸ਼ 'ਤੇ ਅਤੇ ਲੋਕ ਚੋਣ 'ਤੇ ਬੰਦਾ ਫਰਸ਼ 'ਤੇ। ਅਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਕੋਲ 5 ਵਜੇ ਦਾ ਉਹਨਾਂ ਦਾ ਸਮਾਂ ਆਉਣ ਦਾ, ਜਦੋਂ ਆਉਣਗੇ ਤੁਸੀਂ ਦੇਖਿਓ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਲੋਕ ਆ ਉਹ ਇੱਥੇ ਹੋਣਗੇ, ਕਿਉਂਕਿ ਸਾਨੂੰ ਕੱਲ੍ਹ ਤੋਂ ਜਿਉਂ ਦਾ ਪਤਾ ਲੱਗਿਆ ਲੋਕਾਂ ਨੂੰ ਅਤੇ ਫੋਨ 'ਤੇ ਫੋਨ ਇੰਨੇ ਆ ਰਹੇ ਆ ਕਿ ਅਸੀਂ ਮਾਨ ਸਾਹਿਬ ਨੂੰ ਮਿਲਣ ਵਾਸਤੇ ਆਉਣਾ। ਸੋ ਮਾਨ ਸਾਹਿਬ ਦੀ ਲੋਕਪ੍ਰਿਯਤਾ ਅਤੇ ਆਮ ਆਦਮੀ ਪਾਰਟੀ ਸਾਡੇ ਲੋਕ ਸਭਾ ਦੇ ਕੈਂਡੀਡੇਟ ਲਾਲਜੀਤ ਸਿੰਘ ਭੁੱਲਰ ਜਿਹੜੇ ਆਮ ਲੋਕਾਂ ਨਾਲ ਪਿਆਰ ਕਰਦੇ ਆ, ਆਮ ਲੋਕਾਂ 'ਚੋਂ ਨਿਕਲੇ, ਆਮ ਲੋਕਾਂ ਨਾਲ ਮਿਲਣ ਵਰਤਣ ਰੱਖਦੇ ਆ। ਸੋ ਸਾਡਾ ਜਿਹੜਾ 5 ਵਜੇ ਦਾ ਟਾਈਮ ਆ ਅਤੇ 5 ਵਜੇ ਸਾਡੇ ਕੋਲ ਮੁੱਖ ਮੰਤਰੀ ਸਾਹਿਬ ਅਤੇ ਸਾਡੇ ਉਮੀਦਵਾਰ ਪਹੁੰਚਣਗੇ, ਅਸੀਂ ਉਹਨਾਂ ਦਾ ਬੜੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਤਾਂ ਸਾਡੀਆਂ ਜਿਹੜੀਆਂ ਤਿਆਰੀਆਂ ਫੁੱਲ ਨੇ ਅਤੇ ਅਸੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਨੂੰ ਬਾਬਾ ਬਕਾਲਾ ਸਾਹਿਬ ਤੋਂ ਲੰਮੀ ਲੀਡਰਾਂ ਜਿਤਾ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ 'ਚ ਪਾਵਾਂਗੇ। ਗਰਮੀ ਬੜੀ ਹੈ ਟੌਂਕ ਸਾਹਿਬ, ਕਿੱਦਾਂ ਦੇ ਪ੍ਰਬੰਧ ਹੈਗੇ? ਗਰਮੀ ਵੇਖੋ, ਮੌਸਮੀ ਗਰਮੀ ਦਾ ਹੈ, ਆਹ ਜਿਹੜੀ ਇਲੈਕਸ਼ਨਾਂ ਹੁੰਦੀਆਂ ਨੇ ਇਹ ਗਰਮੀਆਂ 'ਚ ਹੁੰਦੀਆਂ। ਗਰਮੀਆਂ 'ਚ ਪੀਣ ਨੂੰ ਪਾਣੀ ਦਾ ਇੰਤਜ਼ਾਮ ਅਸੀਂ ਕੀਤਾ ਹੋਇਆ, ਬਹਿਣ ਦਾ ਇੰਤਜ਼ਾਮ ਕੀਤਾ। ਲਗਭਗ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ, ਸਾਥੀ ਨੇ, ਭਮੱਕੜ ਦੇ ਇਹਨੂੰ ਮਾਨ ਸਾਹਿਬ ਕਹਿੰਦੇ ਆ, ਇਹਨਾਂ ਨੂੰ ਗਰਮੀ ਸਰਦੀ ਨਾਲ ਕੋਈ ਮਤਲਬ ਨਹੀਂ ਹੈ, ਕਿਉਂਕਿ ਅਸੀਂ ਕਿਹੜੇ ਏਸੀਆਂ ਵਾਲੇ ਕਮਰਿਆਂ 'ਚ ਬਹਿ ਕੇ ਕੰਮ ਕਰਨ ਵਾਲੇ ਹਾਂ, ਅਸੀਂ ਤਾਂ ਆਮ ਲੋਕ ਹਾਂ। ਸਾਨੂੰ ਗਰਮੀ ਆ, ਰੋਡ ਸ਼ੋਅ ਡੇਲੀ ਅਸੀਂ ਆਪਣੇ ਛੋਟੇ ਛੋਟੇ ਕਾਫਲੇ ਲੈ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਨ ਜਾਂਦੇ ਹਾਂ, ਉਦੋਂ ਤਿੱਖੜ ਦੁਪਹਿਰ ਹੁੰਦੀ ਹੈ। ਸੀਐਮ ਸਾਹਿਬ ਨੇ ਜਦੋਂ ਉਹਨਾਂ ਨੂੰ ਵੈਸੇ 5 ਵਜੇ ਤੱਕ ਮੌਸਮ ਵੈਸੇ ਸੂਰਜ ਢਲ ਜਾਂਦਾ ਹੈ, ਪਰ ਕੋਈ ਗੱਲ ਨਹੀਂ, ਅਸੀਂ ਧੁੱਪ ਹੋਵੇ, ਠੰਡ ਹੋਵੇ, ਇਹਨਾਂ ਚੀਜ਼ਾਂ 'ਚੋਂ ਨਹੀਂ ਡਰਦੇ। ਅਸੀਂ ਕਿਤੇ ਬਾਦਲਾਂ ਦੀ ਪਾਰਟੀ ਵਰਗੇ ਹਾਂ, ਬਾਦਲ ਛਤਰੀ ਲਾ ਕੇ ਗੱਡੀ ਦੇ ਉੱਤੇ 2 ਦਿਨ ਰੋਡ ਸ਼ੋਅ ਕੀਤਾ ਅਤੇ ਅੱਜ ਬਿਮਾਰ ਪਿਆ।
ਜਾਂ ਕੈਪਟਨ ਹੈ ਉਹ ਨਿਕਲੇ ਬਾਹਰ, ਕੋਈ ਬਾਹਰ ਨਹੀਂ ਨਿਕਲ ਰਿਹਾ। ਇਸ ਕਰਕੇ ਸਾਨੂੰ ਧੁੱਪ ਗਰਮੀ ਨਾਲ ਕੋਈ ਡਰ ਨਹੀਂ, ਕਿਉਂਕਿ ਅਸੀਂ ਆਮ ਲੋਕਾਂ ਚੋਂ ਨਿਕਲੇ ਹਾਂ। ਇੱਦਾਂ ਹੀ ਸਾਡੇ ਵਰਕਰ ਧੁੱਪ ਗਰਮੀ ਤੋਂ ਨਹੀਂ ਡਰਦੇ। ਤੁਸੀਂ ਸ਼ਾਮ ਨੂੰ ਵੇਖਿਓ 5 ਵਜੇ ਦੇ ਕਰੀਬ ਇੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲੂਗੀ। ਧੰਨਵਾਦ। ਤਾਂ ਇਹ ਸਨ ਵਿਧਾਇਕ ਦਲਵੀਰ ਸਿੰਘ ਟੌਂਗ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ 5 ਵਜੇ ਦੇ ਕਰੀਬ ਜਿਹੜਾ ਹੈਗਾ ਰਈਆ ਦੇ ਵਿੱਚ ਵੱਡਾ ਰੋਡ ਸ਼ੋਅ ਹੋਣ ਜਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਔਰ ਬਕਾਇਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੀ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਰਈਆ।